ਇੱਕ 22 ਸਾਲ ਦੇ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਪਿੰਡ ਦੇ ਹੀ ਬੱਸ ਸਟੈਂਡ ਤੇ ਖੜਾ ਸੀ ਤਾਂ ਪਿੰਡ ਦੇ ਹੀ ਦੋ ਵਿਅਕਤੀਆਂ ਦੇ ਵੱਲੋਂ ਆ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਮੌਤ ਦੇ ਘਾਟ ਉਤਾਰਿਆ। ਤਾਂ 22 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਮਿਹਨਤ ਮਜ਼ਦੂਰੀ ਕਰਕੇ ਇਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। 15 ਦਿਨ ਪਹਿਲਾਂ ਹੀ ਇਸ ਨੌਜਵਾਨ ਦੀ ਭੈਣ ਦਾ ਵਿਆਹ ਹੋਇਆ ਸੀ ਤੇ ਵਿਆਹ ਤੋਂ 16ਵੇਂ ਦਿਨ ਕਿਹਾ ਜਾ ਰਿਹਾ ਕਿ ਭਰਾ ਦਾ ਕਤਲ ਕਰ ਦਿੱਤਾ। ਤਾਂ ਮਾਪਿਆਂ ਦਾ ਲਾਡਲਾ ਪੁੱਤ ਸੀ, ਇਕਲੌਤਾ ਪੁੱਤ ਸੀ, ਜਿਸਦਾ ਕਿ ਪਿੰਡ ਦੇ ਹੀ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਜਦੋਂ ਇਹ ਕੰਮ ਤੋਂ ਘਰ ਆਇਆ ਤਾਂ ਵਾਪਸ ਕੁਝ ਖਾਣ ਪੀਣ ਦੇ ਲਈ ਗਿਆ ਸੀ। ਜਿਵੇਂ ਹੀ ਬੱਸ ਸਟੈਂਡ ਦੇ ਉੱਤੇ ਪਹੁੰਚਦਾ ਤਾਂ ਉੱਥੇ ਦੋ ਵਿਅਕਤੀ ਪਿੰਡ ਦੇ ਆਉਂਦੇ ਨੇ ਤੇ ਇਸ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਕਿ ਇਸ ਨੌਜਵਾਨ ਦਾ ਪਿੰਡ ਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਸੀ। ਕਦੇ ਵੀ ਇਸ ਨੌਜਵਾਨ ਦਾ ਪਿੰਡ ਦੇ ਵਿੱਚ ਕਦੇ ਵੀ ਝਗੜਾ ਨਹੀਂ ਹੋਇਆ ਤੇ ਬਹੁਤ ਹੀ ਸ਼ਰੀਫ ਕਿਸਮ ਦਾ ਇਹ ਇਨਸਾਨ ਸੀ। ਪਰ ਇਸ ਦਾ ਕਤਲ ਕਿਉਂ ਕੀਤਾ ਗਿਆ, ਇਸ ਦੇ ਲਈ ਹੁਣ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਹੈ ਕਿ ਆਖਰ ਵਜ੍ਹਾ ਪਤਾ ਕੀਤੀ ਜਾਵੇ ਕਿ ਇਹ ਕਤਲ ਕੀਤਾ ਕਿਉਂ ਗਿਆ। ਤਾਂ ਦੱਸ ਦਈਏ ਕਿ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ 22 ਸਾਲ ਦੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰ ਦਿੱਤਾ ਗਿਆ। ਬੱਸ ਸਟੈਂਡ ਦੇ ਉੱਤੇ ਜਦੋਂ ਇਹ ਕੁਝ ਖਾਣ ਪੀਣ ਦੇ ਲਈ ਗਿਆ ਤਾਂ ਪਿੰਡ ਦੇ ਹੀ ਦੋ ਵਿਅਕਤੀ ਉੱਥੇ ਪਹੁੰਚਦੇ ਨੇ, ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ 'ਤੇ ਹਮਲਾ ਕਰ ਦਿੰਦੇ ਨੇ ਅਤੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਂ ਬਲਕਾਰਨ ਜੀ, ਮੇਰਾ ਭਤੀਜਾ ਸੀਗਾ। ਕੀ ਨਾਮ? ਹਰਪ੍ਰੀਤ ਸਿੰਘ ਸੀ ਉਹਦਾ ਨਾਮ। ਕਿੰਨੀ ਉਮਰ ਸੀਗੀ? ਉਹਦੀ ਉਮਰ ਜੀ 23 ਸਾਲ ਦੀ ਸੀਗੀ ਜੀ। ਹੋਇਆ ਕੀ ਹੈ ਜੀ? ਉਹ ਨਾ ਜੀ ਘਰੋਂ ਆਇਆ ਗਾ, ਆਪਦੇ ਘਰੋਂ ਆਪਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ। ਕਹਿੰਦਾ ਡੈਡੀ ਮੈਂ ਘਰੋਂ ਨਾ ਕੁਛ ਖਾ ਕੇ ਆਉਣਾ ਅੱਡੇ ਤੋਂ। ਉਹ ਘਰੋਂ ਅੱਡੇ ਤੋਂ ਖਾਣ ਲੱਗਿਆ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ। ਟੋਕੇ ਸੀਗੇ ਉਹਨਾਂ ਕੋਲੇ, ਧੌਣ ਵਰਤੀ ਸਾਰੀ ਜੇ ਤੋਂ। ਉਸ ਬਾਹਾਂ ਵਾਲੇ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਜੀ, ਕਿਤੇ ਪੱਥਰ ਚੱਕਣ ਜਾਵੜ ਦੇ, ਕਿਤੇ ਪੱਲੇਦਾਰੀ ਕਰਦਾ ਸੀਗਾ ਜੀ। ਕੋਈ ਕਾਰਨ ਦਾ ਪਤਾ ਨਹੀਂ, ਮੁੰਡਾ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ, ਕਦੇ ਵੀ ਲੜਿਆ ਨਹੀਂ ਸੀ ਮੁੰਡਾ। ਜਿਨ੍ਹਾਂ ਨੇ ਮਾਰਿਆ ਉਹ ਪਿੰਡ ਦੇ ਹੀ ਸੀਗੇ? ਹਾਂ, ਪਿੰਡ ਦੇ ਹੀ ਸੀਗੇ ਜੀ, ਦੋ ਮੁੰਡੇ ਸੀਗੇ ਜੀ। ਪਹਿਲਾਂ ਕਦੇ ਕੋਈ ਗੱਲਬਾਤ ਨਹੀਂ? ਕਦੇ ਨਹੀਂ ਜੀ, ਕਦੇ ਨਹੀਂ, ਕੋਈ ਵੀ ਗੱਲਬਾਤ ਕਦੇ ਨਹੀਂ ਹੋਈ ਜੀ। ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ ਡੈਥ ਹੋਈ? 23 ਸਾਲਾਂ ਦਾ ਸੀ, 23-24 ਸਾਲਾਂ ਦਾ ਸੀ। ਕਿੰਨੇ ਭੈਣ ਭਰਾ ਤੇ ਕਿੰਨੀ? ਦੋ ਭੈਣ ਭਰਾ ਸੀਗੇ ਜੀ, ਇਕੱਲੇ ਇਕੱਲਾ ਮੁੰਡਾ ਸੀਗਾ ਜੀ। ਭੈਣ ਵਿਆਹੀ ਸੀਗੀ, 15 ਕੁ ਦਿਨ ਹੋ ਗਏ ਸੀ। ਨਹੀਂ ਜਾਣ ਵਾਲਾ ਜੀ, ਪੁਲਿਸ ਨੂੰ ਬਾਈ 13 ਸੀ, ਇੱਥੇ ਲਿਆਂਦਾ ਸਰਕਾਰੀ ਹੋਸਪਿਟਲ 'ਚ ਜੀ। ਇੱਥੋਂ ਫਿਰ ਅਸੀਂ ਕਾਲ ਸੀ, ਸਾਨੂੰ ਬੰਦੇ ਦੀ ਲੋੜ ਸੀ, ਬਚਾਉਣਾ ਸੀ ਬੰਦਾ ਜੀ, ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਐਮਰਜੈਂਸੀ 'ਚ। ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ। ਕਿੰਨੇ ਕੁ ਵਜੇ ਦੀ ਘਟਨਾ ਇਹ, ਕਦੋਂ ਹਮਲਾ ਕੀਤਾ? ਇਹ ਹੈਗੀ ਹੈ ਜੀ 8:30-9 ਦੀ ਬਸ ਇੱਥੇ। ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ? ਕੋਈ ਨਹੀਂ, ਕੋਈ ਰੰਜਿਸ਼ ਨਹੀਂ, ਲੜਿਆ ਹੀ ਨਹੀਂ ਕਦੇ ਮੁੰਡਾ ਜੀ, ਕਦੇ ਵੀ ਕਿਸੇ ਨਾਲ ਲੜਿਆ।